ਰਾਤੋਂ ਰਾਤ ਬਣਾ ਦਿੱਤੀ ਗਈ ਸੜਕ, ਰੋਕ ਦੇ ਬਾਵਜੂਦ ਵੀ ਧੜੱਲੇ ਨਾਲ ਹੋਇਆ ਕੰਮ। ਮੌਕੇ ਤੇ ਪਹੁੰਚਿਆ ਆਮ ਆਦਮੀ ਪਾਰਟੀ ਦਾ ਕੌਂਸਲਰ ਤਾਂ ਕੌਂਸਲਰ ਨੇ ਡਟ ਕੇ ਕੀਤਾ ਵਿਰੋਧ। ਖਬਰ ਖੰਨਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਸੜਕ ਨੂੰ ਲੈ ਕੇ ਮੁੱਦਾ ਕਾਫੀ ਗਰਮਾਇਆ ਹੋਇਆ ਸੀ ਅਤੇ ਇਸ ਮੁੱਦੇ ਨੂੰ ਲੈ ਕੇ ਉੱਥੋਂ ਦੇ ADC ਦੇ ਵੱਲੋਂ ਕੰਮ 'ਤੇ ਰੋਕ ਵੀ ਲਗਾਈ ਗਈ ਸੀ, ਪਰ ਫਿਰ ਰਾਤੋਂ ਰਾਤ ਹੀ ਜੋ ਸੜਕ ਹੈ ਉਹ ਬਣਾ ਦਿੱਤੀ ਜਾਂਦੀ ਹੈ। ਜਦ ਸਵੇਰੇ ਆਮ ਆਦਮੀ ਪਾਰਟੀ ਦਾ ਕੌਂਸਲਰ ਮੌਕੇ 'ਤੇ ਪਹੁੰਚਦਾ ਤਾਂ ਦੇਖ ਕੇ ਹੈਰਾਨ ਹੋ ਜਾਂਦਾ ਹੈ। ਤਾਂ ਇਸ ਸੜਕ ਨੂੰ ਲੈ ਕੇ ਤਾਂ ADC ਦੇ ਵੱਲੋਂ ਰੋਕ ਲਗਾਈ ਗਈ ਸੀ, ਇਸਦੇ ਕੰਮਕਾਜ ਨੂੰ, ਇਸਦੇ ਉਸਾਰੀ ਨੂੰ ਲੈ ਕੇ ਉਹਨਾਂ ਦੇ ਵੱਲੋਂ ਰੋਕ ਲਗਾਈ ਗਈ ਸੀ। ਪਰ ਫਿਰ ਕਿਸ ਧੜੱਲੇ ਦੇ ਨਾਲ ਇਹ ਸੜਕ ਜੋ ਹੈ ਤਿਆਰ ਕੀਤੀ ਗਈ, ਆਖਰ ਕਿਹਨਾਂ ਦੇ ਵੱਲੋਂ ਕਿਸ ਦੀ ਸ਼ਹਿ 'ਤੇ ਜੋ ਸੜਕ ਬਣਾਈ ਗਈ ਹੈ। ਆਮ ਆਦਮੀ ਪਾਰਟੀ ਦੇ ਕੌਂਸਲਰ ਦੇ ਵੱਲੋਂ ਇਸ ਸਭ ਮੁੱਦੇ ਨੂੰ ਲੈ ਕੇ ਡਟ ਕੇ ਵਿਰੋਧ ਕੀਤਾ ਜਾਂਦਾ, ਔਰ ਮੌਕੇ 'ਤੇ ਜੋ ਨਗਰ ਕੌਂਸਲ ਦੇ ਅਧਿਕਾਰੀ ਜੋ ਕੰਮ ਕਰ ਰਹੇ ਹੁੰਦੇ ਨੇ ਉਹ ਵੀ ਕੰਮ ਛੱਡ ਕੇ ਉੱਥੋਂ ਚਲੇ ਜਾਂਦੇ ਨੇ। ਹਾਲਾਂਕਿ ਕੌਂਸਲਰ ਦਾ ਕਹਿਣਾ ਹੈ ਕਿ ਪਹਿਲਾਂ ADC ਦੇ ਵੱਲੋਂ ਇਸ ਚੀਜ਼ ਨੂੰ ਲੈ ਕੇ ਸ਼ਿਕਾਇਤ ਕੀਤੀ ਗਈ ਸੀ, ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਸ ਕੰਮ ਨੂੰ ਰੋਕ ਲਗਾ ਦਿੱਤੀ ਗਈ ਸੀ। ਪਰ ਫਿਰ ਕਿਸ ਦੀ ਸ਼ਹਿ 'ਤੇ ਜੋ ਹੈ ਕੰਮ ਕੀਤਾ ਗਿਆ, ਸੜਕ ਕਿਸ ਦੀ ਸ਼ਹਿ 'ਤੇ ਜੋ ਹੈ ਬਣਾਈ ਗਈ ਹੈ। ਉਹਨਾਂ ਕਿਹਾ ਕਿ ਇਹ ਨਾਜਾਇਜ਼ ਤੌਰ 'ਤੇ ਇਸ ਦੀ ਉਸਾਰੀ ਕੀਤੀ ਗਈ ਹੈ ਅਤੇ ਸੰਬੰਧਿਤ ਜੋ ਇਸ ਪਿੱਛੇ ਲੋਕ ਨੇ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਦੇ ਵੱਲੋਂ ਅਜਿਹੇ ਨਾਜਾਇਜ਼ ਕੰਮ ਕੀਤੇ ਜਾ ਰਹੇ ਨੇ। ਹਾਲਾਂਕਿ ਆਮ ਆਦਮੀ ਪਾਰਟੀ ਦੇ ਕੌਂਸਲਰ ਦੇ ਵੱਲੋਂ ਇਸ ਮੁੱਦੇ ਨੂੰ ਲੈ ਕੇ ਡਟ ਕੇ ਵਿਰੋਧ ਵੀ ਕੀਤਾ ਗਿਆ, ਪਰ ਉੱਥੇ ਹੀ ਮਿਊਂਸੀਪਲ ਦੇ ਇੰਜੀਨੀਅਰ ਦਾ ਕਹਿਣਾ ਕਿ ਮੇਰੇ ਧਿਆਨ ਵਿੱਚ ਹੁਣ ਇਹ ਮੁੱਦਾ ਆਇਆ ਅਤੇ ਸੰਬੰਧਿਤ ਜਿਹੜਾ ਵੀ ਅਧਿਕਾਰੀਆਂ ਦੇ ਵੱਲੋਂ ਇਸ ਸੜਕ ਨੂੰ ਤਿਆਰ ਕੀਤਾ ਗਿਆ ਸੀ ਉਸ ਸੰਬੰਧੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਕਿ ਆਖਰ ਕੀ ਹੈ ਮਾਮਲਾ। ਪਰ ਉੱਥੇ ਹੀ ਆਮ ਆਦਮੀ ਪਾਰਟੀ ਦੇ ਕੌਂਸਲਰ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਹੀ ਨਗਰ ਕੌਂਸਲ ਦੇ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਸੀ, ਜਿਸ ਨੂੰ ਲੈ ਕੇ ADC ਦੇ ਵੱਲੋਂ ਕੰਮ 'ਤੇ ਰੋਕ ਲਗਾ ਦਿੱਤੀ ਗਈ ਸੀ। ਪਰ ਫਿਰ ਸਵੇਰੇ ਜਦ ਆਮ ਆਦਮੀ ਪਾਰਟੀ ਦਾ ਕੌਂਸਲਰ ਮੌਕੇ 'ਤੇ ਪਹੁੰਚਿਆ ਤਾਂ ਦੇਖ ਕੇ ਹੈਰਾਨ ਹੋ ਗਿਆ ਕਿ ਰਾਤੋਂ ਰਾਤ ਸੜਕ ਆਖਰ ਬਣ ਕਿੱਦਾਂ ਗਈ, ਅਤੇ ਉਹਨਾਂ ਇਹ ਵੀ ਕਿਹਾ ਕਿ ਅਜਿਹੇ ਨਾਜਾਇਜ਼ ਕੰਮ ਕਰਨ ਵਾਲਿਆਂ 'ਤੇ ਨਕੇਲ ਕੱਸੀ ਜਾਵੇਗੀ। ਹਾਲਾਂਕਿ ਸੜਕ 'ਤੇ ਪਹਿਲਾਂ ਹੀ ADC ਦੇ ਵੱਲੋਂ ਰੋਕ ਲਗਾਈ ਗਈ ਸੀ ਅਤੇ ਕਿਸ ਦੀ ਸ਼ਹਿ 'ਤੇ ਜੋ ਇਹ ਕੰਮ ਕੀਤਾ ਗਿਆ ਇਸ ਸੰਬੰਧੀ ਜੋ ਇੱਕ ਪੁਖਤਾ ਜਾਂਚ ਜੋ ਹੈ ਹੋਣੀ ਚਾਹੀਦੀ ਹੈ। ਤੁਸੀਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦੀ ਹਾਂ ਜਿਹੜੇ ਤੁਸੀਂ ਸਮੇਂ ਸਮੇਂ 'ਤੇ ਕਵਰੇਜ ਕਰਕੇ ਜਿਹੜੇ ਵੀ ਕੰਮ ਜਾਇਜ਼ ਜਾਂ ਨਜਾਇਜ਼ ਨੇ ਉਹ ਤੁਸੀਂ ਸਰਕਾਰ ਤੱਕ ਪਹੁੰਚਾਉਂਦੇ ਹੋ ਔਰ ਲੋਕਾਂ ਨੂੰ ਜਾਣੂ ਕਰਾਉਂਦੇ ਹੋ। ਮੈਂ ਤੁਹਾਡੇ ਮਾਧਿਅਮ ਨਾਲ ਪਹਿਲਾਂ ਵੀ ਜਿਹੜੀ ਕਮੇਟੀ ਦੀ ਮਹੀਨਾਵਾਰ ਮੀਟਿੰਗ ਸਾਡੀ ਹੁੰਦੀ ਆ ਉਹਦੇ ਵਿੱਚ ਇਹ ਮੁੱਦਾ ਚੁੱਕਿਆ ਸੀਗਾ ਵੀ ਜਿਹੜੀ ਇਹ ਸਨ ਸਿਟੀ ਨੂੰ ਸਾਈਡ ਤੋਂ ਜਾਂਦੀ ਆ ਗਲਵੱਡੀ ਵਾਲੀ ਸਾਈਡ ਨੂੰ, ਆਪਣੇ ਛੋਟੇ ਖੰਨੇ ਵਾਲੀ ਸਾਈਡ ਨੂੰ ਜਾਂਦੀ ਆ, ਖਰੜੇ ਵਾਲੀ ਪੈਂਦੀ ਆ, ਗਲਵੱਡੀ ਸਾਈਡ ਆ ਅਤੇ ਆਹ ਖੰਨਾ ਹੀ ਸਾਈਡ ਆ ਜੀ। ਆਹ ਜਿਹੜੀ ਗਲੀ ਦਾ ਮੈਂ ਮੁੱਦਾ ਚੁੱਕਿਆ ਸੀ ਪਹਿਲਾਂ ਵੀ ਇਹ ਨਜਾਇਜ਼ ਤੌਰ 'ਤੇ ਬਣਾਈ ਜਾ ਰਹੀ ਆ, ਅਤੇ ਉਸ ਦਿਨ ਇਹ ਕੰਮ ਜਿਹੜਾ ਰਾਤੋਂ ਰਾਤ ਤੁਸੀਂ ਤੁਹਾਨੂੰ ਦਿਖਾਓ ਜੀ ਮਾੜਾ ਜਿਹਾ, ਆਹ ਰਾਤੋਂ ਰਾਤ ਜਿਹੜਾ ਕੰਮ ਆ ਇਹ ਹੋ ਗਿਆ, ਆਹ ਸਾਰਾ ਕੰਮ ਜਿਹੜਾ ਰਾਤੋਂ ਰਾਤ ਹੋ ਗਿਆ ਇਹ ਪਤਾ ਨਹੀਂ ਕਿਹਦੀ ਮਿਲੀ ਭੁਗਤ ਨਾਲ ਚੱਲ ਰਿਹਾ ਕੰਮ, ਕਿਹਦੀ ਮਿਲੀ ਭੁਗਤ ਨਾਲ ਚੱਲ ਰਿਹਾ ਕੰਮ, ਇਹ ਸਮਝ ਤੋਂ ਬਾਹਰ ਆ ਕਿ ਕੁੱਤੀ ਚੋਰਾਂ ਨਾਲ ਰਲੀ ਹੋਈ ਆ ਜਾਂ ਚੋਰ ਇਹ ਕੁੱਤੀ ਦੇ ਨਾਲ ਨੇ। ਆਹ ਸਾਈਡਾਂ ਦੀ ਰੋਡ ਗਲੀਆਂ ਦਾ ਮੁੱਦਾ ਪਹਿਲਾਂ ਮੇਰੇ ਕਿਸੇ ਦੋਸਤ ਨੇ ਚੱਕਿਆ ਹੋਊਗਾ ਪਹਿਲਾਂ ਵੀ ਇਹ ਆਹ ਜਿਹੜੀ ਰੋਡ ਗਲੀਆਂ ਦੇ ਵਿੱਚ ਪਾਈਪ ਪਾਈ ਹੋਈ ਆ ਉਹ ਨਿਹਾਇਤ ਹੀ ਘਟੀਆ ਕਿਸਮ ਦੀ ਪਾਈਪ ਪਾਈ ਗਈ ਆ, ਉਹ ਵੀ ਇੱਕ 15-20 ਦਿਨ ਮਹੀਨਾ ਕੰਮ ਰੋਕ ਕੇ ਇਹ ਚਲਾਤਾ ਦੁਬਾਰਾ, ਇਹਦੇ 'ਚ ਪਾਈਪ ਕੋਈ ਨਹੀਂ ਬਦਲੀ ਗਈ, ਜੇ ਹੋਵੇ ਤਾਂ ਆਪਾਂ ਇਹਨੂੰ ਚੈੱਕ ਕਰਵਾ ਸਕਦੇ ਹਾਂ, ਸੇਮ ਉਹੀ ਪਾਈਪ ਆ ਜਿਹੜੀ ਪਹਿਲਾਂ ਪਾਈ ਸੀਗੀ। ਅਤੇ ਮੇਰੀ ਤਾਂ ਪਹਿਲਾਂ ADC ਸਾਹਿਬ ਨੇ ਵੀ ਆਰਡਰ ਦਿੱਤੇ ਹੋਏ ਨੇ ਮੇਰੇ ਖਿਆਲ 'ਚ ਇਹਦੇ ਵੀ ਇਹਨੂੰ ਬੰਦ ਕਰਾਇਆ ਜਾਵੇ, ਕੰਮ ਨੂੰ ਪਟਿਆ ਜਾਵੇ। ਇਹ ਇੱਥੋਂ ਅਮਲੋਹ ਰੋਡ ਤੋਂ ਜੀ ਇਹ ਖਰੜੇ ਨੂੰ ਨਿਕਲੇ ਸਿੱਧੀ, ਇਹ ਆਬਾਦੀ ਤਾਂ ਕੁਛ ਵੀ ਹੈ ਨੀ ਜੀ, ਆਬਾਦੀ ਕਿਹੜੀ ਹੈ ਜੀ, ਕਿਤੇ ਟਾਵਾਂ ਟਾਵਾਂ ਘਰ ਉੱਥੇ ਪਾਤਾ, ਜਿੱਥੇ ਕੰਮ ਹੋਣ ਵਾਲਾ ਉੱਥੇ ਤਾਂ ਵਿਕਾਸ ਹੋ ਨਹੀਂ ਰਿਹਾ ਜੀ।
ਜਿੱਥੇ ਵਿਕਾਸ ਦੀ ਲੋੜ ਆ ਉੱਥੇ ਹੋ ਨਹੀਂ ਰਿਹਾ। ਇੱਥੇ ਕਿਹੜਾ ਘਰ ਆ ਤੁਸੀਂ ਨਿਗਾਹ ਮਾਰੋ, ਉੱਥੋਂ ਕਿਹੜੇ ਕਿਹੜੇ ਘਰ ਨੇ ਜੀ, ਆ ਸਾਰਾ ਖਾਲੀ ਪਿਆ ਏਰੀਆ। ਇਹ ਤਾਂ ਮੈਂ ਜਿਹਾ ਕਲੋਨੀ ਇੱਕ ਹੈਗੀ ਸਿਲਵਰ ਸਿਟੀ, ਇਹਨੂੰ ਮਤਲਬ ਕਿ ਫਾਇਦਾ ਪਹੁੰਚਾਉਣ ਲਈ ਕੁਛ ਲੋਕਾਂ ਨੇ ਜਿਹੜੇ ਇੱਥੇ ਪਲਾਟ ਲੈ ਲਏ ਜਾਂ ਕਿਵੇਂ ਕਰ ਲਿਆ, ਵੀ ਆਪਦੇ ਰੇਟ ਵਧਾਉਣ ਲਈ ਸਿਰਫ ਇਹ ਕੰਮ ਇਸ ਤਰੀਕੇ ਨਾਲ ਕਰਿਆ ਜਾ ਰਿਹਾ। ਕੀ ਮੰਗ ਕਰਦੇ? ਮੈਂ ਤਾਂ ਇਹੀ ਮੰਗ ਕਰਦਾ ਵੀ ਨਜਾਇਜ਼ ਕੰਮਾਂ ਨੂੰ ਰੋਕਿਆ ਜਾਵੇ ਜੀ। ਬਸ ਜਿਹੜਾ ਹੈਗਾ ਵੀ ਨਜਾਇਜ਼ ਕੰਮ ਤਾਂ ਹੋਣੇ ਨਹੀਂ ਚਾਹੀਦੇ ਬਿਲਕੁਲ ਵੀ। ਸਰਕਾਰ ਆ ਸਾਡੀ, ਪੰਜਾਬ ਸਰਕਾਰ ਮਾਨ ਸਾਹਿਬ ਦੀ ਸਰਕਾਰ ਆ, ਇਹ ਤਾਂ ਅਸੀਂ ਕਹਿੰਦੇ ਹਾਂ ਵੀ ਕੋਈ ਨਜਾਇਜ਼ ਕੰਮ ਹੋਣਾ ਨਹੀਂ, ਨਾ ਕਰਨਾ ਨਾ ਕਰਨ ਦੇਣਾ ਕਿਸੇ ਨੂੰ। ਇਹ ਨਜਾਇਜ਼ ਕੰਮ ਜਿਹੜੇ ਹੋ ਰਹੇ ਨੇ ਮਾਨ ਸਾਹਿਬ ਤੱਕ ਗੱਲ ਪਹੁੰਚਾਈ ਜਾਵੇ ਵੀ ਕਿਹੜੇ ਕਿਸ ਆਧਾਰ 'ਤੇ ਕੰਮ ਹੋ ਰਹੇ ਨੇ ਜੀ। ਇਹ ਇਹੋ ਜਿਹੇ ਸ਼ਰਾਰਤੀ ਅੰਸਰਾਂ ਨੂੰ ਨੱਥ ਪਾਈ ਜਾਵੇ ਜੀ। ਮੇਰੇ ਧਿਆਨ 'ਚ ਹੁਣੇ ਕੇਸ ਆਇਆ, ਤੂੰ ਦੱਸਿਆ ਮੈਨੂੰ, ਮੈਂ ਕੰਸਰਨ ਠੇਕੇਦਾਰ ਨੂੰ ਤੇ ਕਹਿੰਦਾ ਸਟਾਫ ਨੂੰ ਡਾਇਰੈਕਸ਼ਨ ਦੇਤੀਆਂ ਜੀ, ਉਹ ਕੰਮ ਇਮੀਡੀਏਟਲੀ ਸਟਾਪ ਹੋ ਗਿਆ, ਸਟਾਪ ਕਰਤਾ, ਔਰ ਜੋ ਵੀ ਕਾਰਵਾਈ ਹੋਵੇਗੀ ਠੇਕੇਦਾਰ ਤੋਂ ਅਸੀਂ ਕਰਾਂਗੇ। ਮੈਂ ਤੁਹਾਨੂੰ ਕਿਹਾ ਜੀ ਕਾਰਵਾਈ ਕਰਾਂਗੇ, ਜੋ ਸਾਡੇ ਮੇਰੇ ਧਿਆਨ 'ਚ ਹੈਗਾ, ਜਿਹੜੀ ਕੋਈ ਦਿੱਕਤ ਹੋਏਗੀ ਉਹ ਜ਼ਰੂਰ ਠੀਕ ਕਰਾਂਗੇ। ਭਾਜੀ ਮੈਂ ਤੁਹਾਨੂੰ ਉਹੀ ਕਿਹਾ, ਜਿਹੜੀ ਵੀ ਦਿੱਕਤ ਹੋਏਗੀ ਦੂਰ ਕਰਾਂਗੇ। ਭਾਜੀ ਇਹ ਆਫੀਸ਼ੀਅਲ ਮੈਟਰ ਹੈ, ਤੁਹਾਨੂੰ ਬਾਅਦ ਜਾਣਕਾਰੀ ਨਹੀਂ ਹੱਥਾਂ ਦੀ, ਮੈਂ ਪਹਿਲਾਂ ਦੇਖ ਸਕੀਏ ਕੇਸ ਕੀ ਹੈ, ਕੋਈ ਮੁਤਾਬਕ ਕਰ ਦਿੱਤੀ। ਠੀਕ।